ਅੱਜ ਕੱਲ ਜਾਮਣ ਬਾਰੇ ਕਰਾਂਗੇ। ਜਾਮਣ ਢੇਰ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ ਅਤੇ ਗਰਮੀਆਂ ਦੇ ਵਿੱਚ ਜਾਮਣ ਖਾਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਜਾਣ ਲਓ ਕਿ ਜਾਮਣ ਦੀ ਠੰਡੀ ਤਸੀਰ ਹੁੰਦੀ ਹੈ, ਪਾਣੀ ਦੇ ਨਾਲ ਭਰਪੂਰ ਹੈ, ਨਾਲ ਦੇ ਨਾਲ ਵਿਟਾਮਿਨ ਸੀ ਦੇ ਨਾਲ ਭਰਪੂਰ ਹੈ, ਐਂਟੀ ਆਕਸੀਡੈਂਟ ਹੈ, ਬੋਡੀ ਵਿੱਚ ਕਿਸੇ ਵੀ ਤਰ੍ਹਾਂ ਦੇ ਟੋਕਸਿਨਸ ਆ ਜਾਂਦੇ ਨੇ ਤਾਂ ਉਸਨੂੰ ਸਾਡੀ ਬੋਡੀ ਤੋਂ ਇਹ ਰਿਮੂਵ ਕਰ ਦਿੰਦਾ, ਵਾਸ਼ ਆਊਟ ਕਰ ਦਿੰਦਾ। ਅਤੇ ਹੋਰ ਜਾਮਣ ਖਾਣ ਦੇ ਕੀ ਫਾਇਦੇ ਨੇ, ਅੱਜ ਇਸੇ ਦੇ ਉੱਪਰ ਗੱਲ ਕਰਾਂਗੇ, ਕਿਹੜੀ ਕਿਹੜੀ ਪਰੇਸ਼ਾਨੀ ਜੋ ਹੈ ਸਾਡੀ ਬੋਡੀ ਦੀ ਇਹ ਠੀਕ ਕਰ ਦਿੰਦਾ, ਨਾਲ ਦੀ ਨਾਲ ਗੱਲ ਇਹ ਵੀ ਕਰਨੀ ਹੈ ਕਿ ਸਾਨੂੰ ਕਿੰਨੇ ਜਾਮਣ ਖਾਣੇ ਚਾਹੀਦੇ ਨੇ ਔਰ ਕਿਹਨਾਂ ਨੂੰ ਜਾਮਣ ਬਿਲਕੁਲ ਵੀ ਨਹੀਂ ਖਾਣੇ ਚਾਹੀਦੇ, ਕਿਉਂਕਿ ਅਗਰ ਕਿਸੇ ਚੀਜ਼ ਦੇ ਫਾਇਦੇ ਹੈ ਤਾਂ ਕਿਤੇ ਨਾ ਕਿਤੇ ਅਗਰ ਅਸੀਂ ਓਵਰ ਖਾ ਲੈਂਦੇ ਹਾਂ, ਲਿਮਿਟ ਤੋਂ ਜ਼ਿਆਦਾ ਖਾ ਲੈਂਦੇ ਹਾਂ ਤਾਂ ਉਸਦਾ ਸਾਨੂੰ ਨੁਕਸਾਨ ਵੀ ਹੋ ਸਕਦਾ। ਇਸੇ ਲਈ ਆਪਾਂ ਕਿੰਨੇ ਖਾਣੇ ਚਾਹੀਦੇ ਆ ਜਾਮਣ, ਕਿਹਨਾਂ ਨੂੰ ਨਹੀਂ ਖਾਣੇ ਚਾਹੀਦੇ, ਇਸ ਦੇ ਬਾਰੇ ਵੀ ਪੂਰੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹ ਜਾਣ ਲਓ ਕਿ ਜੋ ਮੈਂ ਗੱਲ ਕੀਤੀ ਹੈ ਵਿਟਾਮਿਨ ਸੀ ਦੇ ਨਾਲ ਭਰਪੂਰ ਹੈ। ਸਿਰਫ ਜਾਮਣ ਦਾ ਫਲ ਹੀ ਨਹੀਂ, ਇਸ ਦੀਆਂ ਜਿਹੜੀਆਂ ਪੱਤੀਆਂ ਨੇ, ਇਸ ਦੀ ਜਿਹੜੀ ਗਿਟਕ ਹੁੰਦੀ ਹੈ ਅੰਦਰਲੀ, ਉਹ ਵੀ ਬਹੁਤ ਜ਼ਿਆਦਾ ਗੁਣਕਾਰੀ ਹੁੰਦੀ ਹੈ ਅਤੇ ਆਯੁਰਵੈਦਿਕ ਕਈ ਦਵਾਈਆਂ ਦੇ ਵਿੱਚ ਇਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ। ਸਭ ਤੋਂ ਪਹਿਲਾਂ ਜੋ ਸਾਰੇ ਹੀ ਜਾਣਦੇ ਨੇ ਕਿ ਜਿਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਡਾਇਬਟੀਜ਼ ਦੀ ਪ੍ਰੋਬਲਮ ਹੈ, ਉਹਨਾਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਆ ਜਾਮੁਣ। ਸਿਰਫ ਜਾਮੁਣ ਹੀ ਨਹੀਂ, ਇਹਨਾਂ ਦੀ ਪੱਤੀਆਂ ਔਰ ਗਿਟਕ, ਇਹਨਾਂ ਦੇ ਨਾਲ ਮਿਲਾ ਕੇ ਕਈ ਫਾਰਮੂਲੇ ਜੋ ਹੈ ਕਈ ਵਿਧੀਆਂ ਦੇ ਨਾਲ ਆਯੁਰਵੇਦ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ ਔਰ ਉਹ ਸ਼ੂਗਰ ਦੇ ਮਰੀਜ਼ਾਂ ਦੇ ਲਈ ਕਾਫੀ ਫਾਇਦੇਮੰਦ ਵੀ ਸਾਬਿਤ ਹੁੰਦੇ ਨੇ। ਪਰ ਅਗਰ ਤੁਸੀਂ ਸਿਰਫ ਜਾਮਣ ਦਾ ਫਲ ਵੀ ਖਾਂਦੇ ਹੋ ਤਾਂ ਉਸਦੇ ਨਾਲ ਵੀ ਜੋ ਤੁਹਾਡੀ ਬਲੱਡ ਸ਼ੂਗਰ ਹੈ ਕੰਟਰੋਲ ਹੋ ਜਾਂਦੀ ਹੈ, ਇਸ ਦੇ ਨਾਲ ਇਨਸੁਲਿਨ ਵੀ ਜੋ ਹੈ ਨੈਚੁਰਲ ਵੇ ਦੇ ਵਿੱਚ ਤੁਹਾਡੀ ਬੋਡੀ ਵਿੱਚ ਬਣਨਾ ਸ਼ੁਰੂ ਹੋ ਜਾਂਦਾ ਹੈ ਅਤੇ ਤੁਹਾਡਾ ਜਿਹੜਾ ਬਲੱਡ ਸ਼ੂਗਰ ਲੈਵਲ ਹੈ ਉਹ ਨੋਰਮਲ ਰਹਿਣਾ ਸ਼ੁਰੂ ਹੋ ਸਕਦਾ। ਸੋ ਜਿਹਨਾਂ ਦੀ ਬਹੁਤ ਜ਼ਿਆਦਾ ਸ਼ੂਗਰ ਨਹੀਂ ਵਧੀ ਹੋਈ ਹੈ ਤਾਂ ਤੁਸੀਂ ਜਾਮਣ ਖਾ ਕੇ ਵੀ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ। ਅੱਗੋਂ ਗੱਲ ਕਰੀਏ ਵੇਟ ਲੋਸ, ਜਿਹਨਾਂ ਨੇ ਆਪਣਾ ਵਜ਼ਨ ਘਟਾਉਣਾ ਹੈ, ਮੋਟਾਪਾ ਘਟਾਉਣਾ ਹੈ, ਉਹਨਾਂ ਲਈ ਵੀ ਜਾਮਣ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਜਾਮਣ ਦੇ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਹੁੰਦੇ ਆ ਔਰ ਨਾਲ ਦੀ ਨਾਲ ਇਹ ਘੱਟ ਕੈਲੋਰੀ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੈ। ਇਸ ਲਈ ਜਾਮੁਣ ਜਿਨ੍ਹਾਂ ਨੇ ਵੇਟ ਲੋਸ ਕਰਨਾ, ਉਹਨਾਂ ਨੂੰ ਅਕਸਰ ਅਜਿਹੇ ਫਲ ਜਾਂ ਸਬਜ਼ੀਆਂ ਜਾਂ ਡਾਇਟ ਵਿੱਚ ਅਜਿਹੀਆਂ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਨੇ ਜਿਸਦੀ ਕੈਲੋਰੀ ਘੱਟ ਹੋਵੇ ਔਰ ਉਸਦੇ ਵਿੱਚ ਫਾਈਬਰ ਜ਼ਿਆਦਾ ਹੋਵੇ, ਅਤੇ ਇਹ ਜੋ ਹੈ ਨੈਚੁਰਲ ਵੇ ਦੇ ਵਿੱਚ ਤੁਹਾਡੇ ਫੈਟ ਨੂੰ ਬਰਨ ਕਰਦਾ ਹੈ ਔਰ ਤੁਹਾਡੀ ਕੈਲੋਰੀ ਨੂੰ ਮੇਨਟੇਨ ਕਰ ਪਾਉਂਦਾ ਹੈ ਤਾਂ ਕਿ ਤੁਸੀਂ ਆਪਣਾ ਵੇਟ ਲੋਸ ਕਰ ਸਕੋ। ਸਕਿਨ ਦੀ ਗੱਲ ਕਰੀਏ, ਸਕਿਨ ਦੀ ਹੈਲਥ ਦੇ ਲਈ ਬਹੁਤ ਹੀ ਜ਼ਿਆਦਾ ਅੱਛਾ ਹੈ, ਜਿਵੇਂ ਕਿ ਗੱਲ ਮੈਂ ਸ਼ੁਰੂਆਤ ਵਿੱਚ ਕੀਤੀ ਸੀ ਕਿ ਇਸਦੇ ਵਿੱਚ ਵਿਟਾਮਿਨ ਸੀ ਹੈ, ਤਾਂ ਵਿਟਾਮਿਨ ਸੀ ਦੇ ਹੈਲਪ ਦੇ ਨਾਲ ਨੈਚੁਰਲ ਵੇ ਦੇ ਵਿੱਚ ਸਾਡੀ ਬੋਡੀ ਜੋ ਹੈ ਕੋਲੇਜਨ ਬਣਾ ਪਾਉਂਦੀ ਹੈ ਜੋ ਸਾਡੀ ਸਕਿਨ ਹੈਲਥ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਰੈਗੂਲਰ ਵੇ ਦੇ ਵਿੱਚ ਅਗਰ ਤੁਸੀਂ ਜਾਮਣ ਖਾਂਦੇ ਹੋ ਤਾਂ ਢੇਰ ਸਾਰੀਆਂ ਬਿਮਾਰੀਆਂ ਤੋਂ ਤਾਂ ਦੂਰ ਰਹਿ ਹੀ ਪਾਵਾਂਗੇ, ਨਾਲ ਦੀ ਨਾਲ ਸਾਡੀ ਸਕਿਨ ਹੈਲਥ ਵੀ ਵਧੀਆ ਰਹਿਣ ਵਾਲੀ ਹੈ। ਫੇਸ 'ਤੇ ਕੋਈ ਐਕਨੇ, ਪਿੰਪਲਸ ਦੀ ਪ੍ਰੋਬਲਮ ਹੈ ਜਾਂ ਏਜਿੰਗ ਦੀ ਆਪਾਂ ਗੱਲ ਕਰ ਲਈਏ, ਘੱਟ ਉਮਰ ਵਿੱਚ ਹੀ ਚਿਹਰਾ ਜੋ ਹੈ ਝੁਰੜੀਆਂ ਦੇ ਨਾਲ ਥੋੜ੍ਹਾ ਥੋੜ੍ਹਾ ਭਰਿਆ ਨਜ਼ਰ ਆਉਣ ਲੱਗ ਗਿਆ, ਤਾਂ ਤੁਸੀਂ ਅਗਰ ਜਾਮੁਣ ਡੇਲੀ ਖਾਂਦੇ ਹੋ ਤਾਂ ਤੁਹਾਨੂੰ ਇਸ ਦੇ ਨਾਲ ਇਹਨਾਂ ਸਾਰੀ ਹੀ ਪ੍ਰੋਬਲਮਸ ਦੇ ਵਿੱਚ ਫਾਇਦਾ ਜ਼ਰੂਰ ਦਿਖਣ ਵਾਲਾ ਹੈ। ਅਗਲੀ ਗੱਲ ਕਰੀਏ ਹੀਮੋਗਲੋਬਿਨ ਬਣਾਉਣ ਦੇ ਵਿੱਚ ਵੀ ਜਾਮੁਣ ਬਹੁਤ ਜ਼ਿਆਦਾ ਫਾਇਦਾ ਦੇਵੇਗਾ, ਕਿਉਂਕਿ ਜਾਮੁਣ ਦੇ ਵਿੱਚ ਚੰਗੀ ਮਾਤਰਾ ਦੇ ਵਿੱਚ ਆਇਰਨ ਵੀ ਮਿਲਦਾ ਹੈ ਔਰ ਨਾਲ ਦੀ ਨਾਲ ਵਿਟਾਮਿਨ ਸੀ ਵੀ ਮਿਲਦਾ ਹੈ। ਆਇਰਨ ਔਰ ਵਿਟਾਮਿਨ ਸੀ ਦੇ ਨਾਲ ਹੀ ਹੀਮੋਗਲੋਬਿਨ ਬਣਨ ਦੇ ਵਿੱਚ ਮਦਦ ਮਿਲਦੀ ਹੈ। ਸੋ ਬੱਚੇ ਹੋਣ, ਵੱਡੇ ਹੋਣ, ਬਜ਼ੁਰਗ ਹੋਣ, ਸਾਰਿਆਂ ਨੂੰ ਹੀ ਇਹ ਜ਼ਰੂਰ ਜਾਮਣ ਖਾਣੇ ਚਾਹੀਦੇ ਨੇ ਤਾਂ ਕਿ ਹੀਮੋਗਲੋਬਿਨ ਦੀ ਮਾਤਰਾ ਸਹੀ ਬਣੀ ਰਹੇ, ਕਿਉਂਕਿ ਹੀਮੋਗਲੋਬਿਨ ਸਹੀ ਹੋਏਗਾ ਤਾਂ ਹੀ ਸਾਡੇ ਸਾਰੇ ਔਰਗਨਸ ਤੱਕ ਆਕਸੀਜਨ ਜੋ ਹੈ ਚੰਗੀ ਮਾਤਰਾ ਦੇ ਵਿੱਚ ਪਹੁੰਚਦੀ ਰਹੇਗੀ। ਅੱਗੋਂ ਗੱਲ ਕਰੀਏ ਜਿਨ੍ਹਾਂ ਦੇ ਮਸੂੜਿਆਂ ਦੇ ਵਿੱਚੋਂ ਖੂਨ ਆਉਂਦਾ ਹੈ, ਮਸੂੜਿਆਂ ਵਿੱਚ ਦਰਦ ਹੋਈ ਰਹਿੰਦੀ ਹੈ ਜਾਂ ਮਸੂੜਿਆਂ ਦੇ ਵਿੱਚ ਸੋਜਿਸ਼ ਦੀ ਪ੍ਰੋਬਲਮ ਹੈ, ਤਾਂ ਤੁਸੀਂ ਅਗਰ ਜਾਮੁਣ ਰੈਗੂਲਰ ਖਾਂਦੇ ਹੋ ਤਾਂ ਤੁਹਾਨੂੰ ਇਸ ਦੇ ਨਾਲ ਇਹਨਾਂ ਸਾਰੀਆਂ ਹੀ ਦਿੱਕਤਾਂ ਦੇ ਵਿੱਚ ਜੋ ਹੈ ਜ਼ਰੂਰ ਇੱਕ ਫਾਇਦਾ, ਚੰਗਾ ਫਾਇਦਾ ਜ਼ਰੂਰ ਮਿਲਣ ਵਾਲਾ ਹੈ ਜਿਨ੍ਹਾਂ ਨੂੰ ਹਾਈ ਬੀਪੀ ਦੀ ਪ੍ਰੋਬਲਮ ਹੈ। ਜਾਮਣ ਦੇ ਵਿੱਚ ਚੰਗੀ ਮਾਤਰਾ ਵਿੱਚ ਪੋਟਾਸ਼ੀਅਮ ਮਿਲ ਜਾਂਦਾ ਹੈ, ਪੋਟਾਸ਼ੀਅਮ ਜੋ ਹੈ ਸੋਡੀਅਮ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ, ਜਿਸ ਵੀ ਫਲ ਦੇ ਵਿੱਚ ਪੋਟਾਸ਼ੀਅਮ ਹੈ, ਮੈਗਨੀਸ਼ੀਅਮ ਹੈ, ਉਹ ਜੋ ਹੈ ਬਲੱਡ
ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਹਾਈ ਬੀ ਪੀ ਵਾਲੇ ਜ਼ਰੂਰ ਰੈਗੂਲਰ ਵੇ ਦੇ ਵਿੱਚ ਜੋ ਹੈ ਜਾਮਨ ਖਾ ਸਕਦੇ ਨੇ, ਜਿਸ ਦੇ ਨਾਲ ਤੁਹਾਡਾ ਬਲੱਡ ਬੀ ਪੀ ਜੋ ਹੈ ਉਹ ਬਿਲਕੁਲ ਕੰਟਰੋਲ ਦੇ ਵਿੱਚ ਜ਼ਰੂਰ ਰਹਿਣ ਵਾਲਾ ਹੈ। ਅੱਗੋਂ ਗੱਲ ਕਰਦੇ ਹਾਂ ਜੀ, ਹੁਣ ਇਹ ਕਿੰਨੇ ਖਾਣੇ ਚਾਹੀਦੇ ਨੇ, ਲਿਮਿਟ ਵੀ ਸਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਕਿਸੇ ਚੀਜ਼ ਦਾ ਫਾਇਦਾ ਮਿਲ ਰਿਹਾ ਅਤੇ ਅਸੀਂ ਪੂਰਾ ਦਿਨ ਜੋ ਹੈ ਥੋੜ੍ਹੀ ਥੋੜ੍ਹੀ ਦੇਰ ਬਾਅਦ ਜਾਮਣਾ ਹੀ ਖਾਈ ਜਾ ਰਹੇ ਹਾਂ। ਅਜਿਹਾ ਬਿਲਕੁਲ ਵੀ ਨਹੀਂ ਕਰਨਾ ਹੈ। ਇੱਕ ਦਿਨ ਦੇ ਵਿੱਚ 250 ਗ੍ਰਾਮ ਜਾਮਣ ਤੁਸੀਂ ਖਾ ਸਕਦੇ ਹੋ। 250 ਗ੍ਰਾਮ ਤੋਂ ਥੋੜ੍ਹਾ ਬਹੁਤ ਉੱਪਰ ਹੋ ਜਾਏ ਤਾਂ ਕੋਈ ਗੱਲ ਨਹੀਂ, ਪਰ ਬਹੁਤ ਜ਼ਿਆਦਾ ਜਾਮਣ ਤੁਸੀਂ ਨਹੀਂ ਖਾਣੇ ਹੈ। ਅਗਰ ਤੁਸੀਂ ਬਹੁਤ ਜ਼ਿਆਦਾ ਜਾਮਣ ਖਾ ਲੈਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਪੇਟ ਵਿੱਚ ਦਰਦ, ਪੇਟ ਗੈਸ ਦੀ ਪ੍ਰੋਬਲਮ ਵੀ ਹੋ ਸਕਦੀ ਹੈ, ਅਤੇ ਇਸਦੇ ਨਾਲ ਨਾਲ ਜਿਨ੍ਹਾਂ ਨੂੰ ਕੋਲਡ ਦੀ ਪ੍ਰੋਬਲਮ ਰਹਿੰਦੀ ਹੈ, ਖਾਂਸੀ ਦੀ ਪ੍ਰੋਬਲਮ ਰਹਿੰਦੀ ਹੈ, ਜਾਂ ਫਿਰ ਜਿਨ੍ਹਾਂ ਦੀ ਕੋਈ ਸਰਜਰੀ ਹੋ ਕੇ ਹਟੀ ਹੈ, ਉਹਨਾਂ ਨੂੰ ਵੀ ਇੱਥੇ ਜਾਮਣ ਨਹੀਂ ਖਾਣੇ ਚਾਹੀਦੇ। ਰੀਜ਼ਨ ਉਹਦੇ ਪਿੱਛੇ ਇਹੀ ਹੈ ਕਿ ਇਸਦੀ ਠੰਡੀ ਤਸੀਰ ਹੁੰਦੀ ਹੈ। ਜੋ ਅਗਰ ਕਈ ਲੋਕ ਅੰਬ ਬਹੁਤ ਜ਼ਿਆਦਾ ਖਾ ਲੈਂਦੇ ਨੇ, ਅਸੀਂ ਜਾਣਦੇ ਹਾਂ ਕਿ ਅੰਬ ਦੀ ਗਰਮ ਤਸੀਰ ਹੁੰਦੀ ਹੈ। ਅੰਬ ਅਗਰ ਜ਼ਿਆਦਾ ਖਾਧੇ ਵੀ ਗਏ ਤਾਂ ਹੁਣ ਜੋ ਹੈ ਅੰਬ ਦੇ ਨਾਲ ਗਰਮੀ ਹੋ ਗਈ ਹੈ, ਠੀਕ ਕਿਵੇਂ ਕਰੀਏ, ਤਾਂ ਤੁਸੀਂ ਜਾਮਣ ਖਾ ਸਕਦੇ ਹੋ। ਜਾਮਣ ਦੇ ਨਾਲ ਤੁਹਾਡੀ ਬੋਡੀ ਵਿੱਚ ਜਿਹੜੀ ਵੀ ਗਰਮੀ ਪਈ ਹੈ, ਚਾਹੇ ਲੀਵਰ ਦੇ ਵਿੱਚ ਗਰਮੀ ਪਈ ਹੈ, ਤਾਂ ਉਹ ਆਪਣੀ ਠੰਡੀ ਤਸੀਰ ਦੇ ਨਾਲ ਸਭ ਕੁਝ ਨੋਰਮਲ ਜ਼ਰੂਰ ਕਰਨ ਵਾਲਾ ਹੈ। ਸੋ ਇਹਨਾਂ ਚੀਜ਼ਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ। ਜਿਸ ਵੀ ਚੀਜ਼ ਦਾ ਫਾਇਦਾ ਹੁੰਦਾ ਹੈ, ਐਕਸੈਸ ਵਿੱਚ ਸਾਨੂੰ ਨਹੀਂ ਖਾਣਾ ਚਾਹੀਦਾ, ਲਿਮਿਟ ਵਿੱਚ ਹੀ ਖਾਣਾ ਚਾਹੀਦਾ ਹੈ। ਇਮਿਊਨਿਟੀ ਬੂਸਟਰ ਹੈ, ਸੋ ਆਪਣੀ ਇਮਿਊਨਿਟੀ ਨੂੰ ਸਟਰੋਂਗ ਬਣਾਉਣ ਦੇ ਲਈ ਸਾਨੂੰ ਰੈਗੂਲਰ ਵੇ ਦੇ ਵਿੱਚ ਵਿਟਾਮਿਨ ਸੀ ਵਾਲੀ ਚੀਜ਼ਾਂ ਖਾਣੀਆਂ ਹੀ ਚਾਹੀਦੀਆਂ ਨੇ। ਜਾਮਣਾਂ ਦੇ ਵਿੱਚ ਚੰਗੀ ਮਾਤਰਾ ਵਿੱਚ ਵਿਟਾਮਿਨ ਸੀ ਹੈ, ਇਸ ਲਈ ਸਾਡੀ ਇਮਿਊਨਿਟੀ ਨੂੰ ਵੀ ਵਧੀਆ ਬਣਾ ਕੇ ਰੱਖਦਾ ਹੈ। ਬਾਰ ਬਾਰ ਜਿਹੜੇ ਮੌਸਮ ਬਦਲਣ 'ਤੇ ਬਿਮਾਰ ਹੋ ਜਾਂਦੇ ਨੇ, ਸੋ ਉਹਨਾਂ ਦੇ ਲਈ ਜਾਮਣ ਬਹੁਤ ਜ਼ਿਆਦਾ ਹੈਲਪ ਜੋ ਹੈ ਕਰਨ ਵਾਲਾ ਹੈ। ਇਸ ਤੋਂ ਜੋ ਹੈ ਕੈਂਸਰ ਤੋਂ ਵੀ ਸਾਨੂੰ ਬਚਾਉਂਦਾ ਹੈ। ਸਾਨੂੰ ਪਤਾ ਨਹੀਂ ਹੁੰਦਾ ਅੱਜ ਕੱਲ੍ਹ ਕਿੰਨਾ ਜ਼ਿਆਦਾ ਮਿਲਾਵਟ ਵਾਲਾ ਅਸੀਂ ਚੀਜ਼ਾਂ ਖਾ ਰਹੇ ਹਾਂ, ਫੂਡ ਖਾ ਰਹੇ ਹਾਂ, ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਨਾਲ ਅੰਦਰ ਕੈਂਸਰ ਵਾਲੇ ਤੱਤ ਜੋ ਹੈ ਬਣਨੇ ਸ਼ੁਰੂ ਹੋ ਜਾਣ, ਤਾਂ ਇਸ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਵੀ ਸੇਵਨ ਜ਼ਰੂਰ ਕਰਨਾ ਚਾਹੀਦਾ ਜੋ ਕੈਂਸਰ ਤੋਂ ਸਾਨੂੰ ਬਚਾ ਸਕਣ, ਅਤੇ ਉਹਨਾਂ ਵਿੱਚੋਂ ਇੱਕ ਹੈ ਜਾਮਣ। ਸੋ ਜ਼ਰੂਰ ਇਹਨਾਂ ਚੀਜ਼ਾਂ ਨੂੰ ਅਪਣਾਓ, ਤੁਹਾਡੀ ਦਿਲ ਦੀ ਸਿਹਤ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ। ਆਰਥਰਾਈਟਿਸ ਦੇ ਜਿਨ੍ਹਾਂ ਨੂੰ ਪ੍ਰੋਬਲਮ ਹੈ, ਜੋੜਾਂ ਦੇ ਦਰਦ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ, ਉਹਨਾਂ ਦੇ ਲਈ ਵੀ ਜਾਮਣਾ ਬਹੁਤ ਜ਼ਿਆਦਾ ਫਾਇਦੇਮੰਦ ਨੇ। ਜਾਮਣ ਇੱਕ ਮੌਸਮੀ ਫਲ ਹੈ ਜੋ ਗਰਮੀਆਂ ਵਿੱਚ ਮਿਲਦਾ ਹੈ। ਇਹ ਫਲ ਸਵਾਦਿਸ਼ਟ ਹੋਣ ਦੇ ਨਾਲ ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਜਾਮਣ ਕਈ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਇਸ ਦੇ ਬੀਜ ਸਿਹਤ ਲਈ ਜਾਮਣ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ? ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਵਿੱਚ ਫਾਈਬਰ, ਪ੍ਰੋਟੀਨ ਅਤੇ ਐਂਟੀਆਕਸੀਡੈਂਟ ਵਰਗੇ ਗੁਣਾਂ ਦੇ ਨਾਲ ਨਾਲ ਕਈ ਹੋਰ ਪੌਸ਼ਕ ਤੱਤ ਮੌਜੂਦ ਹੁੰਦੇ ਹਨ। ਲੋਕ ਅਕਸਰ ਜਾਮਣ ਖਾਣ ਤੋਂ ਬਾਅਦ ਇਸ ਦੇ ਬੀਜਾਂ ਨੂੰ ਸੁੱਟ ਦਿੰਦੇ ਹਨ। ਤੁਸੀਂ ਜਾਮਣ ਦੇ ਬੀਜਾਂ ਨੂੰ ਬਿਨਾਂ ਸੁੱਟੇ ਧੁੱਪ ਵਿੱਚ ਸੁਕਾ ਸਕਦੇ ਹੋ, ਫਿਰ ਇਹਨਾਂ ਨੂੰ ਪੀਸ ਕੇ ਸਾਫ ਡੱਬੇ ਵਿੱਚ ਰੱਖ ਲਓ। ਇਹਨਾਂ ਨੂੰ ਤੁਸੀਂ ਇਸ ਪਾਊਡਰ ਨੂੰ ਸਲਾਦ ਦੇ ਨਾਲ ਵੀ ਖਾ ਸਕਦੇ ਹੋ। ਆਓ ਜਾਣਦੇ ਹਾਂ ਜਾਮਣ ਦੇ ਬੀਜ ਸਿਹਤ ਲਈ ਕਿਵੇਂ ਫਾਇਦੇਮੰਦ ਹਨ। ਜਾਮਣ ਦੇ ਬੀਜ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜਾਮਣ ਦੇ ਬੀਜ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਹਨਾਂ ਬੀਜਾਂ ਵਿੱਚ ਮੌਜੂਦ ਜੈਂਬੋਲਿਨ ਅਤੇ ਜੈਂਬੋਸੀਨ ਅਜਿਹੇ ਪਦਾਰਥ ਹਨ ਜੋ ਬਲੱਡ ਸ਼ੂਗਰ ਨੂੰ ਘੱਟ ਕਰਦੇ ਹਨ ਅਤੇ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਨੂੰ ਵਧਾਉਂਦੇ ਹਨ। ਇਸ ਫਲ ਦਾ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਹਨਾਂ ਬੀਜਾਂ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸਰੀਰ ਨੂੰ ਡਿਟੌਕਸ ਕਰਨ ਵਿੱਚ ਮਦਦ ਕਰਦੇ ਹਨ, ਜਿਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਬਸ ਜਾਮਣ ਖਾਣ ਵੇਲੇ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਜਾਮਣ ਖਾਓ ਤਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਾਣੀ ਜਾਂ ਦੁੱਧ ਨਹੀਂ ਪੀਣਾ ਚਾਹੀਦਾ। ਥੋੜ੍ਹਾ ਗੈਪ ਪਾਉਣ ਤੋਂ ਬਾਅਦ ਹੀ ਤੁਸੀਂ ਪਾਣੀ ਜਾਂ ਦੁੱਧ ਦਾ ਸੇਵਨ ਕਰੋ। ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣੀ ਹੈ, ਖਰਾਬ ਖਾਣਾ ਖਾਣ ਨਾਲ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਜਾਮਣ ਵਿੱਚ ਸੇਂਦਾ ਨਮਕ ਮਿਲਾ ਕੇ ਖਾਓ। ਇਸ ਨਾਲ ਕੁਝ ਹੀ ਸਮੇਂ ਵਿੱਚ ਤੁਹਾਨੂੰ ਦਸਤ ਤੋਂ ਰਾਹਤ ਮਿਲ ਜਾਵੇਗੀ।
ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਜ਼ਰੂਰ ਇਸਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ, ਕਮੈਂਟ ਕਰਕੇ ਵੀ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਿਓ। ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਲਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।